ਤੁਹਾਡੇ ਸਾਹਮਣੇ ਵੀਡੀਓ ਚ ਮੂੰਹ ਲੁਕੋ ਕੇ ਤੁਰਿਆ ਆਉਂਦਾ ਸੈਣੀ ਗੈਂਗ ਦਾ ਉਹ ਕਾਕਾ ਗੈਂਗਸਟਰ ਹੈ ਜਿਸਨੇ ਬੀਤੀ ਦੀਵਾਲੀ ਦੀ ਰਾਤ ਨੂੰ 27 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ ਸੀ ਤੇ ਉਸਦੇ ਦੋ ਰਿਸ਼ਤੇਦਾਰਾਂ ਨੂੰ ਗੰਭੀਰ ਜ਼ਖਮੀ ਕਰਕੇ ਫਰਾਰ ਹੋ ਗਏ ਸਨ। ਇਹ ਗੈਂਗਸਟਰ ਕਾਕਾ ਭਗੌੜੇ ਗੈਂਗਸਟਰ ਦਵਿੰਦਰ ਸੈਣੀ ਵੱਲੋਂ ਦੀਨਾਨਗਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਚਲਾਏ ਜਾ ਰਹੇ ਗੈਂਗ ਨਾਲ ਸੰਬੰਧ ਰੱਖਦਾ ਹੈ। ਇਹਨਾਂ ਵੱਲੋਂ ਦੀਵਾਲੀ ਦੀ ਰਾਤ ਮੁਖਵਿੰਦਰ ਸਿੰਘ ਦੇ 6 ਗੋਲੀਆਂ ਮਾਰ ਦਿੱਤੀਆਂ ਗਈਆਂ ਸਨ ਤੇ ਉਸਦਾ ਕਤਲ ਕਰ ਦਿੱਤਾ ਗਿਆ ਸੀ, ਜਿੱਥੇ ਮੁਖਵਿੰਦਰ ਦਾ ਭਰਾ ਤੇ ਸੈਨੀ ਗਰੁੱਪ ਵਿਚਕਾਰ ਕੁਝ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਉਹ ਦੁਸ਼ਮਣੀ 'ਚ ਬਦਲ ਗਿਆ ਤੇ ਹੁਣ ਜਲੰਧਰ 'ਚ ਗੁਰਪ੍ਰੀਤ ਕਾਕੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੰਜਾਬ ਗਵਰਨਮੈਂਟ ਦੀ ਗੈਂਗਸਟਰ ਦੇ ਅਗੇਂਸਟ ਕੰਪੇਨ ਦੇ ਅਧੀਨ ਅੱਜ ਕਾਊਂਟਰ ਇੰਟੈਲੀਜੈਂਸ ਵਿੰਗ ਜਲੰਧਰ ਨੇ ਜਲੰਧਰ ਰੂਰਲ ਡਿਸਟ੍ਰਿਕਟ ਦੀ ਪੁਲਿਸ ਟੀਮ ਦੇ ਨਾਲ ਇੱਕ ਜੁਆਇੰਟ ਓਪਰੇਸ਼ਨ ਕੀਤਾ। ਪਠਾਨਕੋਟ ਨੈਸ਼ਨਲ ਹਾਈਵੇ 'ਤੇ ਜੱਲੋਵਾਲ ਅੱਡਾ ਹੁੰਦਾ ਹੈ, ਉਹਦੇ ਨੇੜਿਓਂ ਟੀਮਸ ਨੇ ਇੱਕ ਗੈਂਗਸਟਰ ਅਰੈਸਟ ਕੀਤਾ ਜਿਹਦਾ ਨਾਮ ਗੁਰਪ੍ਰੀਤ ਸਿੰਘ ਏਲੀਅਸ ਕਾਕਾ ਹੈ। ਗੁਰਪ੍ਰੀਤ ਸਿੰਘ ਏਲੀਅਸ ਕਾਕਾ ਜਿਹੜਾ ਇੱਕ ਬੜਾ ਫੇਮਸ ਗਰੁੱਪ ਹੈ ਦੀਨਾਨਗਰ ਏਰੀਏ ਦਾ ਗੈਂਗਸਟਰ ਦਾ, ਜਿਹਦਾ ਹੈੱਡ ਇੱਕ ਸੈਣੀ ਨਾਂ ਦਾ ਮੁੰਡਾ ਹੈਗਾ, ਉਹਦਾ ਮੈਂਬਰ ਆ, ਸੈਕਿੰਡ ਇਨ ਕਮਾਂਡ ਹੈ। ਇਹਨਾਂ ਨੇ ਦੀਵਾਲੀ ਵਾਲੇ ਦਿਨ ਇੱਕ ਮੁਖਵਿੰਦਰ ਮੁੰਡਾ ਸੀ ਉਹਦਾ ਮਰਡਰ ਕੀਤਾ ਸੀ ਦੀਨਾਨਗਰ ਦੇ ਏਰੀਆ ਦੇ ਵਿੱਚ। ਜਦੋਂ ਆਪਣੇ ਦੋਸਤਾਂ ਦੇ ਨਾਲ ਸ਼ੋਪਿੰਗ ਦੀਵਾਲੀ ਦੀ ਸ਼ੋਪਿੰਗ ਕਰ ਰਿਹਾ ਸੀ, ਉਹਦੀ ਸੈਕਿੰਡ ਐਨੀਵਰਸਰੀ ਵੀ ਸੀ, ਮੈਰਿਜ ਐਨੀਵਰਸਰੀ ਸੀ ਉਸੇ ਦਿਨ, ਅਤੇ ਇਹਨਾਂ ਨੇ ਉਹ 'ਤੇ ਬੜਾ ਵੱਡਾ ਅਟੈਕ ਕੀਤਾ। 6-7 ਮੁੰਡਿਆਂ ਨੇ ਉਹਦੇ ਬੋਡੀ 'ਤੇ 6 ਬੁਲੇਟਸ ਜਿਹੜੇ ਉਹ ਲੱਗੇ, ਜਿਹਦੇ ਕਰਕੇ ਉਹਦੀ ਡੈਥ ਹੋ ਗਈ। ਅਤੇ ਉਹਦੇ ਵਿੱਚ ਇਹ ਕਾਫੀ ਦੇਰ ਦਾ ਵਾਂਟਡ ਗੈਂਗਸਟਰ ਸੀ ਜਿਹਨੂੰ ਅੱਜ ਅਰੈਸਟ ਕੀਤਾ ਗਿਆ। ਇਸ ਤੋਂ ਇਲਾਵਾ ਵੀ ਇੱਥੇ ਹੋਰ ਕੇਸਿਸ ਹੈਗੇ ਆ ਜਿਹਦੇ ਵਿੱਚ ਵੀ ਇਹ ਵਾਂਟਡ ਸੀਗਾ, ਅਤੇ ਅਸੀਂ ਆਪਣੀ ਕਮਿਟਮੈਂਟ ਜਿਹੜੀ ਆ ਉਹ ਚੰਗੀ ਤਰ੍ਹਾਂ ਉਹਨੂੰ ਦੁਹਰਾਉਂਦੇ ਹਾਂ ਕਿ ਜਿਹੜਾ ਗੈਂਗਸਟਰ ਕਲਚਰ ਹੈਗਾ ਉਹ ਪੰਜਾਬ 'ਚੋਂ ਐਲੀਮੀਨੇਟ ਕੀਤਾ। ਗੁਰਦਾਸਪੁਰ ਪੁਲਿਸ ਵੱਲੋਂ ਇਸ ਕਤਲ ਮਾਮਲੇ 'ਚ ਪਹਿਲਾਂ ਹੀ ਕੁਝ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਦਕਿ ਦਵਿੰਦਰ ਸੈਣੀ ਅਤੇ ਗੁਰਪ੍ਰੀਤ ਕਾਕਾ ਉਦੋਂ ਦੇ ਫਰਾਰ ਸਨ ਜਿਨ੍ਹਾਂ 'ਚੋਂ ਗੁਰਪ੍ਰੀਤ ਕਾਕਾ ਹੁਣ ਪੁਲਿਸ ਦੇ ਅੜਿੱਕੇ ਚੜ ਗਿਆ ਤੇ ਪੁਲਿਸ ਦਾ ਦਾਅਵਾ ਹੈ ਕਿ ਛੇਤੀ ਹੀ ਦਵਿੰਦਰ ਸੈਣੀ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਜਲੰਧਰ ਤੋਂ ਪਰਮਜੀਤ ਰੰਗਪੁਰੀ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ? ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ, ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ। ਕਰੋ 93978 93978।